ਤੁਸੀਂ ਦੇਖ ਰਹੇ ਹੋ ਤੇਜ਼ ਰਫ਼ਤਾਰ ਟੀਵੀ। ਜਦੋਂ ਵਾੜ ਹੀ ਖੇਤ ਨੂੰ ਖਾਣ ਜਾਵੇ ਤਾਂ ਰੱਬ ਹੀ ਰਾਖਾ ਹੁੰਦਾ ਹੈ। ਇਸ ਤਰ੍ਹਾਂ ਦਾ ਮਾਮਲਾ ਮੋਗਾ ਦੇ ਹਲਕਾ ਨਿਆਲ ਸਿੰਘ ਵਾਲਾ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਕਿ ਵੇਅਰ ਹਾਊਸ ਦੇ ਸੰਦੀਪ ਸਿੰਘ ਮੈਨੇਜਰ ਨੇ ਆਪਣੇ ਸਾਥੀ ਲਖਵੀਰ ਸਿੰਘ ਨਾਲ ਰਲ ਕੇ 6 ਬੰਦੇ ਹਾਇਰ ਕੀਤੇ ਅਤੇ ਇੱਕ ਟਰੱਕ ਲੈ ਕੇ ਆਪਣੇ ਵੇਅਰ ਹਾਊਸ ਦੇ ਗਡਾਊਨਾਂ ਵਿੱਚੋਂ 211 ਬੋਰੀਆਂ ਚੋਰੀ ਕਰਕੇ ਲਿਜਾ ਰਿਹਾ ਸੀ। ਤਾਂ ਪੁਲਿਸ ਨੇ ਉਸ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਅਤੇ ਉਸ ਸੰਬੰਧੀ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਜਾਰੀ ਹੈ। ਨਿਆਲ ਸਿੰਘ ਵਾਲਾ ਤੋਂ ਰਜਿੰਦਰ ਖੋਟੇ ਦੀ ਰਿਪੋਰਟ। ਜੀ ਸੰਦੀਪ ਸਿੰਘ ਹੈਗਾ ਆ, ਇਹ ਆਪਣਾ ਮੈਨੇਜਰ ਹੈ ਵੇਅਰ ਹਾਊਸ ਦਾ ਵਿੱਚ। ਇੱਕ ਇਹਨਾਂ ਦਾ ਹੋਰ ਕਰਮਚਾਰੀ ਆ ਲਖਵੀਰ ਸਿੰਘ। ਇਹ ਦੋਨਾਂ ਕਰਮਚਾਰੀਆਂ ਨੇ ਮਿਲ ਕੇ ਇਹਨਾਂ ਨੇ 6 ਬੰਦੇ ਹੋਰ ਹਾਇਰ ਕੀਤੇ, ਹਾਇਰ ਕਰਕੇ ਅਤੇ ਗੋਦਾਮਾਂ ਦੇ ਵਿੱਚੋਂ ਗੋਦਾਮ 'ਚੋਂ ਕਣਕ ਚੋਰੀ ਕਰਨ ਲਈ ਇੱਕ ਟਰੱਕ ਹਾਸਲ ਕਰਕੇ ਉਹਦੇ 'ਚ 211 ਬੋਰੀਆਂ ਕਣਕ ਦੀਆਂ ਭਰ ਕੇ ਵੇਚਣ ਜਾ ਰਹੇ ਸੀ ਕਿ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਫੜ ਲਿਆ। ਫੜ ਕੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 181 ਅੰਡਰ ਸੈਕਸ਼ਨ 406 409 120 ਦੀ IPC ਤਹਿਤ ਥਾਣਾ ਨਿਹਾਲ ਸਿੰਘ ਵਾਲਾ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਹੈ। ਅਤੇ ਕਿੰਨੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਾਇਰ ਹੋਇਆ? ਇਹ ਕੁੱਲ 8 ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਾਇਰ ਹੋਇਆ। ਇਹਦੇ 'ਚ 2 ਦੋਸ਼ੀ ਜਿਹੜੇ ਆ ਫੜਨ ਵਾਲੇ ਆ, 6 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ। ਕਿੰਨੇ ਕੱਟੇ ਨੇ ਕਣਕ ਦੇ? 211 ਕੱਟੇ ਨੇ। ਇਹ ਮਤਲਬ ਕਿ ਅਦਾਲਤ 'ਚ ਪੇਸ਼ ਕੀਤਾ ਕਿ ਨਹੀਂ ਹਜੇ? ਨਹੀਂ, ਅੱਜ ਇਹਨਾਂ ਨੂੰ ਪੇਸ਼ ਕਰਾਂਗੇ। ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਾਂਗੇ। 485 ਕੱਟੇ ਪਹਿਲਾਂ ਵੀ ਚੋਰੀ ਹੋਏ ਆ, ਅਸੀਂ ਉਹਨਾਂ ਸੰਬੰਧੀ ਵੀ ਅਸੀਂ ਉਹ ਵੀ ਦੇਖ ਰਹੇ ਹਾਂ ਕਿ ਉਹ ਜਿਹੜੇ ਚੋਰੀ ਹੋਏ ਆ ਉਹ ਵੀ ਇਹਨਾਂ ਦੀ ਮਿਲੀ ਭੁਗਤ ਕਰਕੇ ਇਹਨਾਂ ਚੋਰੀ ਹੋਏ ਹੋਣ, ਉਹਦੇ ਬਾਰੇ ਵੀ ਅਸੀਂ ਜਿਹੜੀ ਹੈ ਡੂੰਘਾਈ ਦੇ ਨਾਲ ਤਫਤੀਸ਼ ਕਰਾਂਗੇ।